ਫਰੀਦਕੋਟ ਵੀ ਇੱਕ ਅਹਿਮ ਸੀਟ ਹੈ, ਕਈ ਮਹੀਨਿਆਂ ਤੋਂ ਅਹਿਮ ਸੀਟ ਹੈ, ਹਾਲਾਂਕਿ ਰਿਜ਼ਰਵ ਹੈ, ਪਰ ਉਸ ਸੀਟ ਦੀ ਚਰਚਾ ਬਹੁਤ ਹੈ ਕਿਉਂਕਿ ਉਸ ਸੀਟ ਤੇ ਮੁੱਦੇ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਹਾਈਲਾਈਟ ਹੁੰਦੇ ਰਹੇ ਨੇ ਔਰ ਹਰ ਸਰਕਾਰ ਉਹਨਾਂ ਮੁੱਦਿਆਂ ਬਾਰੇ ਐਕਸ਼ਨ ਲੈਣ ਦੇ ਦਾਅਵੇ ਕਰਕੇ ਸੱਤਾ ਦੇ ਵਿੱਚ ਆਉਂਦੀ ਰਹੀ ਹੈ। ਮੁੱਦਿਆਂ ਤੇ ਪਹਿਲਾਂ ਨਜ਼ਰ ਪਾਉਂਦੇ ਹਾਂ ਜੀ, ਬਿਲਕੁਲ ਜੋ ਜ਼ਿਕਰ ਕਰ ਰਹੇ ਸੀ, ਦਰਅਸਲ ਜਿਹੜਾ ਮੁੱਦਾ 2015 ਤੋਂ ਲਗਾਤਾਰ ਪੰਜਾਬ ਦੀ ਸਿਆਸਤ ਦੇ ਵਿੱਚ ਉਬਾਲ ਲਿਆਉਂਦਾ ਰਿਹਾ ਹੈ ਬੇਅਦਬੀ ਦਾ, ਉਹ 2015 ਚ ਜਿਹੜਾ ਘਟਨਾਕ੍ਰਮ ਵਾਪਰਿਆ ਸੀ ਉਹ ਲੋਕ ਸਭਾ ਹਲਕਾ ਫਰੀਦਕੋਟ ਪੈਂਦਾ ਹੈ, ਫਰੀਦਕੋਟ ਦੇ ਵਿੱਚ ਕੋਟਪੁਰਾ ਪੈਂਦਾ ਹੈ, ਕੋਟਪੁਰਾ ਚੌਂਕ ਦੇ ਉੱਤੇ ਗੋਲੀ ਦੀ ਘਟਨਾ ਵਾਪਰੀ ਸੀ, ਜਿਹੜਾ ਬਰਗਾੜੀ ਦੇ ਵਿੱਚ ਘਟਨਾਕ੍ਰਮ ਹੋਇਆ ਜਾਂ ਉਸ ਤੋਂ ਬਾਅਦ ਬਹਿਬਲ ਕਲਾਂ ਗੋਲੀਕਾਂਡ ਹੋਇਆ, ਤਾਂ ਉਹ ਸਾਰਾ ਇੱਕ ਵੱਡਾ ਮੁੱਦਾ ਅੱਜ ਵੀ ਹੈ ਤੇ ਉਹ ਇਲੈਕਸ਼ਨ ਦੇ ਵਿੱਚ ਟਿਕਟ ਦੀ ਵੰਡ ਦੇ ਸਮੇਂ ਹੋ ਸਕਦਾ ਹੈ। ਇਸ ਦਾ ਇੱਕ ਮਤਲਬ ਇਹ ਵੀ ਹੈ ਕਿ ਕੋਈ ਸਿੱਖ ਚਿਹਰਾ ਜਿਹੜਾ ਸਾਬਤ ਸੂਰਤ ਸਿੱਖ ਮੈਂ ਕਹਾਂ ਉਸ ਨੂੰ ਵੀ ਮੌਕਾ ਫਰੀਦਕੋਟ ਤੋਂ ਦਿੱਤਾ ਜਾ ਸਕਦਾ ਹੈ। ਤੇ ਦੂਜਾ ਬਹੁਤ ਇੰਪੋਰਟੈਂਟ ਹੈ ਡੇਰਾ ਸਿਰਸਾ ਦਾ ਪ੍ਰਭਾਵ। ਦੇਖੋ ਡੇਰਾ ਸਿਰਸਾ ਦਾ ਪ੍ਰਭਾਵ ਜਦੋਂ ਆਪਾਂ ਸਾਊਥ ਮਾਲਵੇ ਵਾਲੇ ਪਾਸੇ, ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ, ਫਿਰੋਜ਼ਪੁਰ ਦੀ, ਬਠਿੰਡਾ ਦੀ, ਇਨਫੈਕਟ ਫਰੀਦਕੋਟ ਦੀ, ਇਹਨਾਂ ਸੀਟਾਂ ਦੇ ਉੱਤੇ ਬੜਾ ਜ਼ਬਰਦਸਤ ਪ੍ਰਭਾਵ ਡੇਰਾ ਸਿਰਸਾ ਦਾ ਹੈਗਾ, ਉਹ ਡਿਸਾਈਡਿੰਗ ਫੈਕਟਰ ਦੇ ਤੌਰ ਦੇ ਉੱਤੇ ਵੀ ਦੇਖਿਆ ਜਾਂਦਾ। ਬਿਲਕੁਲ, ਹਾਲਾਂਕਿ ਗੌਰਵ ਦਲਿਤ ਵੋਟ ਬੈਂਕ ਉੱਥੇ ਜ਼ਾਹਿਰ ਜੀ ਗੱਲ ਹੈ ਜ਼ਿਆਦਾ, ਇਸੇ ਕਰਕੇ ਰਿਜ਼ਰਵ ਸੀਟ ਉਹ ਰੱਖੀ ਗਈ ਹੈ ਔਰ ਪੇਂਡੂ ਆਬਾਦੀ ਵੀ ਹੈ। ਪਰ ਜਿਹੜੇ ਦੋ ਉੱਪਰਲੇ ਮੁੱਦਿਆਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਇਹ ਦੋਨੋਂ ਮੁੱਦੇ ਇੰਟਰਕਨੈਕਟਡ ਨੇ, ਕਿਉਂਕਿ ਜੇ ਬੇਅਦਬੀ ਦਾ ਮੁੱਦਾ ਹੋਇਆ, ਬੇਅਦਬੀ ਘਟਨਾਕ੍ਰਮ ਵਾਪਰਿਆ, ਤਾਂ ਇਲਜ਼ਾਮ ਸਿੱਧੇ ਸਿੱਧੇ ਡੇਰਾ ਸਿਰਸਾ ਪ੍ਰੇਮੀਆਂ ਤੇ ਲੱਗੇ ਔਰ ਉਸ ਦੇ ਵਿੱਚ ਕੋਰਟਾਂ ਦੇ ਵਿੱਚ ਕੇਸ ਵੀ ਚੱਲੇ, ਚਾਰਜਸ਼ੀਟਾਂ ਫਾਈਲ ਹੋਈਆਂ ਨੇ, ਉਸ ਤੋਂ ਬਾਅਦ ਐਸੇ ਘਟਨਾਕ੍ਰਮ ਵੀ ਹੋਏ ਕਿ ਉਹਨਾਂ 'ਤੇ ਗੋਲੀ ਚੱਲੀ ਔਰ ਉਹਨਾਂ ਦੀ ਜਾਨ ਵੀ ਚਲੀ ਗਈ ਜਿਹੜੇ ਡੇਰਾ ਪ੍ਰੇਮੀ ਸੀ। ਇਸ ਕਰਕੇ ਡੇਰਾ ਸਿਰਸਾ ਦਾ ਪ੍ਰਭਾਵ ਔਰ ਬੇਅਦਬੀ ਦਾ ਮੁੱਦਾ ਇਹ ਇੰਟਰਕਨੈਕਟਡ ਮੁੱਦੇ ਨੇ, ਸੋ ਦੋਨੋਂ ਮੁੱਦੇ ਧਿਆਨ 'ਚ ਰੱਖ ਕੇ ਕੋਈ ਪਾਰਟੀ ਆਪਣਾ ਉਮੀਦਵਾਰ ਡਿਸਾਈਡ ਨਹੀਂ ਕਰੇਗੀ, ਮੁੱਦਾ ਧਿਆਨ 'ਚ ਇੱਕ ਹੀ ਰੱਖਿਆ ਜਾਣਾ, ਜਾਂ ਤੇ ਡੇਰਾ ਸਿਰਸਾ ਦਾ ਪ੍ਰਭਾਵ ਦੇਖਿਆ ਜਾਣਾ ਜਾਂ ਫਿਰ ਬੇਅਦਬੀ ਦਾ ਜਿਹੜਾ ਦੂਸਰਾ ਮੁੱਦਾ ਉਸ ਨੂੰ ਲੈ ਕੇ ਕੈਂਡੀਡੇਟ ਦੀ ਚੋਣ ਹੋਣੀ ਹੈ, ਸੋ ਚਿਹਰਿਆਂ ਤੇ ਨਜ਼ਰ ਪਾਉਣੇ ਆ ਜੀ। ਉਸ ਤੋਂ ਪਹਿਲਾਂ ਇੱਕ ਵਾਰੀ ਆਪਾਂ ਸੀਟਾਂ ਦੇਖ ਲਈਏ ਕਿ ਕਿਹੜੀਆਂ ਕਿਹੜੀਆਂ ਫਰੀਦਕੋਟ ਦੀਆਂ ਸੀਟਾਂ ਹੈਗੀਆਂ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਕਹਿ ਸਕਦੇ ਹੋ ਕਿ ਲਾਜ਼ਮੀ ਤੌਰ ਤੇ ਨਜ਼ਰ ਹੋਏਗੀ। ਫਰੀਦਕੋਟ ਦੀਆਂ ਸੀਟਾਂ ਫਰੀਦਕੋਟ, ਕੋਟਪੁਰਾ, ਜੈਤੋ, ਉਸ ਤੋਂ ਬਾਅਦ ਨਿਹਾਲ ਸਿੰਘ ਵਾਲਾ, ਮੋਗਾ, ਬਾਘਾ ਪੁਰਾਣਾ, ਧਰਮਕੋਟ, ਗਿੱਦੜਬਾਹਾ ਤੇ ਰਾਮਪੁਰਾ ਫੂਲ, ਜਿਹੜਾ ਅਸੀਂ ਜ਼ਿਕਰ ਕਰ ਰਹੇ ਹਾਂ ਲਗਾਤਾਰ ਬੇਅਦਬੀ ਦਾ। ਫਰੀਦਕੋਟ ਜ਼ਿਲ੍ਹੇ ਦੀਆਂ ਜਿਹੜੀਆਂ 3 ਸੀਟਾਂ ਨੇ, ਫਰੀਦਕੋਟ, ਕੋਟਕਪੁਰਾ ਤੇ ਜੈਤੋ, ਇਹ ਤਿੰਨੋਂ ਸੀਟਾਂ ਦੇ ਉੱਤੇ ਬੇਅਦਬੀ ਇੱਕ ਵੱਡਾ ਇਫੈਕਟ ਤੁਸੀਂ ਕਹਿ ਸਕਦੇ ਹੋ ਕਿ ਹੋ ਸਕਦਾ ਹੈ। ਉਸ ਤੋਂ ਬਾਅਦ ਬੜਾ ਇੰਪੋਰਟੈਂਟ ਹੈ ਕਿ ਜਿਹੜਾ ਮੈਂ ਡੇਰਾ ਸਿਰਸਾ ਦਾ ਪ੍ਰਭਾਵ ਕਹਿ ਰਿਹਾ ਉਹ ਹਰ ਇੱਕ ਸੀਟ ਦੇ ਉੱਤੇ ਹੈ। ਇਹ ਤੁਸੀਂ 5 ਸੀਟਾਂ ਰੱਖ ਲਓ ਤੇ ਇੱਧਰ ਵਾਲੀਆਂ 4 ਸੀਟਾਂ, ਤਕਰੀਬਨ ਹਰ ਸੀਟ ਦੇ ਉੱਤੇ ਡੇਰਾ ਸਿਰਸਾ ਦਾ ਪ੍ਰਭਾਵ ਹੈ ਔਰ ਉਸਦੀ ਵਜ੍ਹਾ ਦੇ ਨਾਲ ਇਹ ਜ਼ਿਹਨ ਦੇ ਵਿੱਚ ਜਿਹੜੀ ਪੋਲੀਟੀਕਲ ਪਾਰਟੀਆਂ ਉਸਨੂੰ ਲਾਜ਼ਮੀ ਤੌਰ ਤੇ ਰੱਖਣਾ ਹੋਗਿਆ। ਇੱਕ ਹੋਰ ਬਹੁਤ ਇੰਪੋਰਟੈਂਟ ਫੈਕਟ ਹੈ, ਵਿਜੇ ਤੋਂ ਵੀ ਆਪਾਂ ਉਸਦੇ ਉੱਤੇ ਗੱਲਬਾਤ ਕਰਾਂਗੇ, ਮੋਗਾ, ਮੋਗਾ ਦੇ ਨਾਲ ਨਾਲ ਰਾਮਪੁਰਾ ਫੂਲ ਔਰ ਗਿੱਦੜਬਾਹਾ, ਇਨਫੈਕਟ ਮੈਂ ਹਿੰਦੂ ਵੋਟਰਾਂ ਦਾ ਜ਼ਿਕਰ ਕਰ ਰਿਹਾ ਵਿਜੇ, ਮੈਨੂੰ ਲੱਗਦਾ ਕਿ ਇਹ 3 ਸੀਟਾਂ ਦੇ ਉੱਤੇ ਤਾਂ ਕਾਫੀ ਇਫੈਕਟ ਹੋ ਸਕਦਾ ਕਿ ਹਿੰਦੂ ਵੋਟਰ ਜਿਹੜੇ ਕਾਈਂਡ ਆਫ ਸੀਟਾਂ ਤੇ ਡਿਸਾਈਡਿੰਗ ਫੈਕਟਰ ਦੇ ਵਿੱਚ, ਸ਼ਹਿਰੀ ਜਿਹੜੇ ਸ਼ਹਿਰ ਪੈਂਦੇ ਆ ਜਿੱਥੇ ਜਿੱਥੇ ਉੱਥੇ ਹਿੰਦੂ ਵੋਟਰ, ਜ਼ਾਹਿਰ ਜੀ ਗੱਲ ਹੈ ਕਿ ਉਹਨਾਂ ਦਾ ਪ੍ਰਭਾਵ ਜ਼ਿਆਦਾ ਹੁੰਦਾ, ਹਾਲਾਂਕਿ ਫਰੀਦਕੋਟ, ਕੋਟਕਪੂਰਾ ਵੀ ਨੇ, ਪਰ ਉੱਥੇ ਕਿਉਂਕਿ ਇਸ਼ੂ ਥੋੜੇ ਡਿਫਰੈਂਟ ਨੇ, ਹਾਲਾਂਕਿ ਉੱਥੇ ਵੀ ਹਿੰਦੂ ਵੋਟਰ ਦੀ ਆਬਾਦੀ ਕਾਫੀ ਹੈ, ਪਰ ਇਹਨਾਂ ਸ਼ਹਿਰਾਂ ਦੇ ਵਿੱਚ ਤੇ ਜਿਹੜੇ ਮੋਗਾ ਨੇ, ਇਸ ਵੇਲੇ ਮੋਗਾ ਤੋਂ ਮੌਜੂਦਾ ਵਿਧਾਇਕ ਆਮ ਆਦਮੀ ਪਾਰਟੀ ਦੇ ਅਮਨਦੀਪ ਕੌਰ ਨੇ ਜੀ, ਸੋਨੂੰ ਸੂਦ ਦੇ ਭੈਣ ਖੜੇ ਹੋਏ ਸੀ ਕਾਂਗਰਸ ਤੋਂ, ਉਹਨਾਂ ਨੂੰ ਹਰਾਇਆ, ਰਾਮਪੁਰਾ ਫੂਲ ਤੋਂ ਵੀ ਜਿਹੜੇ ਨੇ ਉਹ ਸਿੰਗਰ ਨੇ ਬਲਕਾਰ ਸਿੱਧੂ ਉਹ ਜਿੱਤ ਕੇ ਆਏ, ਗਿੱਦੜਬਾਹਾ ਤੋਂ
ਰਾਜਾ ਵੜਿੰਗ ਜਿੱਤੇ। ਸੋ ਸੀਟਾਂ ਤੇ ਪ੍ਰਭਾਵ ਹੈ ਪਰ ਫਿਰ ਵੀ ਜਿਹੜੀ ਪੇਂਡੂ ਆਬਾਦੀ ਆ ਉਸ ਨੂੰ ਇਗਨੋਰ ਨਹੀਂ ਕੀਤਾ। ਇਗਨੋਰ ਇਨ ਫੈਕਟ ਉਹ ਸ਼ਾਇਦ ਉੱਥੇ ਡਿਸਾਈਡਿੰਗ ਫੈਕਟਰ ਜ਼ਰੂਰ, ਜਦੋਂ ਮੋਰ ਦੈਨ 50% ਕੋਈ ਆਬਾਦੀ ਹੋ ਜਾਵੇ ਤਾਂ ਤੁਸੀਂ ਕਹਿ ਸਕਦੇ ਹੋ ਕਿ 20-25-30% ਇੱਕ ਪਾਸੇ ਵੋਟ ਗਿਰ ਗਈ ਤਾਂ ਫਿਰ ਉਹ ਇੱਕ ਡਿਸਾਈਡਿੰਗ ਫੈਕਟਰ ਹੁੰਦਾ। ਖੈਰ ਆਪਾਂ ਹੁਣ ਅੱਗੇ ਵੱਧਦੇ ਹਾਂ ਤੇ ਨਜ਼ਰ ਪਾਵਾਂਗੇ ਫਰੀਦਕੋਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਦਾਅਵੇਦਾਰਾਂ ਦੇ ਉੱਤੇ। ਕੌਣ ਕੌਣ ਦਾਅਵੇਦਾਰ ਆਮ ਆਦਮੀ ਪਾਰਟੀ ਦਾ? ਬਹੁਤ ਜਾਣੇ ਪਛਾਣੇ ਚਿਹਰੇ ਹੈਗੇ ਨੇ, ਇਨਫੈਕਟ ਥੋੜ੍ਹੇ ਜਿਹੇ ਹੈਵੀ ਵੇਟ ਚਿਹਰੇ ਵੀ ਆਮ ਆਦਮੀ ਪਾਰਟੀ ਕੋਲ ਉੱਥੇ ਹੈਗੇ ਨੇ ਫਰੀਦਕੋਟ ਦੇ ਵਿੱਚ। ਬੜੇ ਦਿਲਚਸਪ ਨੇ ਗੌਰਵ ਦੋਨੋਂ ਚਿਹਰੇ। ਪ੍ਰੋਫੈਸਰ ਸਾਧੂ ਸਿੰਘ ਸਾਬਕਾ MP ਨੇ, ਨੁਮਾਇੰਦਗੀ ਕਰ ਚੁੱਕੇ ਨੇ ਫਰੀਦਕੋਟ ਤੋਂ, ਔਰ ਡਾਕਟਰ ਬਲਜੀਤ ਕੌਰ ਕੈਬਨਿਟ ਮੰਤਰੀ ਨੇ, ਪ੍ਰੋਫੈਸਰ ਸਾਧੂ ਸਿੰਘ ਦੀ ਬੇਟੀ ਨੇ। ਬਿਲਕੁਲ। ਸੋ ਇਸ ਕਰਕੇ ਦੋਨੋਂ ਪਿਓ ਧੀ ਜੇ ਆਪਾਂ ਕਹੀਏ ਤਾਂ ਦੋਨਾਂ ਚੋਂ ਕਿਸੇ ਇੱਕ ਨੂੰ ਟਿਕਟ, ਹਾਲਾਂਕਿ ਆਪਸ 'ਚ ਮੁਕਾਬਲਾ ਨਹੀਂ ਹੈ ਪਰਿਵਾਰ 'ਚੋਂ ਕਿਸੇ ਨੂੰ ਵੀ ਦਿੱਤੀ ਜਾਵੇ, ਪਰ ਪ੍ਰੋਫੈਸਰ ਸਾਧੂ ਸਿੰਘ ਥੋੜ੍ਹੇ, ਕਿਉਂਕਿ ਜੇ ਜਦੋਂ ਵੀ ਕਦੇ ਉਹਨਾਂ ਨਾਲ ਗੱਲ ਹੋਈ ਹੈ ਜਾਂ ਜਿਸ ਵੇਲੇ ਸਹੁੰ ਚੱਕਣੀ ਸੀ ਇਹਨਾਂ ਨੇ, ਉਸ ਵੇਲੇ ਉਹਨਾਂ ਨੇ ਆਪਣੀ ਸਿਹਤ ਦਾ ਹਵਾਲਾ ਜ਼ਰੂਰ ਦਿੱਤਾ ਸੀ ਕਿ ਉਹਨਾਂ ਦੀ ਸਿਹਤ ਢਿੱਲੀ ਰਹਿੰਦੀ ਹੈ ਤਾਂ ਹੋ ਸਕਦਾ ਕਈ ਵਾਰ ਉਸ ਚੀਜ਼ ਨੂੰ ਲੈ ਕੇ ਪਰਿਵਾਰ ਦੇ ਵਿੱਚ ਹੀ ਕੋਈ ਫੈਸਲਾ ਲੈ ਲਿਆ ਜਾਵੇ ਕਿ ਜੇ ਇਸ ਪਰਿਵਾਰ ਨੂੰ ਦੇਣੀ ਹੈ ਤਾਂ ਡਾਕਟਰ ਬਲਜੀਤ ਕੌਰ। ਔਰ ਦੂਸਰਾ ਪੁਆਇੰਟ ਕਿ ਮਿਨਿਸਟਰ ਨੇ, ਔਰ ਤਕਰੀਬਨ ਹਰ ਹਲਕੇ ਤੇ ਇੱਕ ਮਿਨਿਸਟਰ ਦਾ ਨਾਮ ਜ਼ਰੂਰ ਚਰਚਾ ਦੇ ਵਿੱਚ। ਅੱਛਾ, ਇੰਟਰਸਟਿੰਗ ਹੈ, ਮੈਂ ਬਹੁਤ ਸਾਰੇ ਕੈਬਨਿਟ ਮੰਤਰੀਆਂ ਦਾ ਜ਼ਿਕਰ ਕਰ ਰਿਹਾ ਮੌਜੂਦਾ ਸਮੇਂ ਦੇ ਵਿੱਚ, ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ, ਕੈਬਨਿਟ ਮੰਤਰੀਆਂ ਦੀ ਬਹੁਤ ਲੰਬੀ ਲਿਸਟ ਹੋ ਚੁੱਕੀ ਹੈ ਜਿਹਨਾਂ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਡਾਕਟਰ ਬਲਜੀਤ ਕੌਰ ਇੱਕ ਨਾਮ ਹੋ ਗਿਆ, ਉਸ ਤੋਂ ਪਹਿਲਾਂ ਆਪਾਂ ਡਿਸਕਸ ਕਰ ਚੁੱਕੇ ਹਾਂ ਗੁਰਮੀਤ ਧਾਲੀਵਾਲ, ਗੁਰਮੀਤ ਸਿੰਘ ਖੁੱਡੀਆਂ, ਬਲਕਾਰ ਸਿੰਘ ਦਾ ਆਪਾਂ ਜ਼ਿਕਰ ਕਰਤਾਰਪੁਰ ਤੋਂ ਕਰ ਚੁੱਕੇ ਹਾਂ ਜਿਹਨਾਂ ਨੂੰ ਜਲੰਧਰ ਤੋਂ ਟਿਕਟ ਦਿੱਤੀ ਜਾ ਸਕਦੀ ਹੈ। ਤਾਂ ਆਲਰੇਡੀ 4-5 ਜਿਹੜੇ ਇਨਫੈਕਟ ਸਿਹਤ ਮੰਤਰੀ ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ, ਤਾਂ ਇਹ 5 ਚਿਹਰੇ ਤਾਂ ਆਲਰੇਡੀ ਕੈਬਨਿਟ ਦੇ ਵਿੱਚੋਂ ਹੈਗੇ ਨੇ ਕਿ ਜਿਹਨਾਂ ਨੂੰ ਲੋਕ ਸਭਾ ਦੀ ਟਿਕਟ ਦਿੱਤੀ ਜਾ। ਬਿਲਕੁਲ। ਇੱਕ ਇਹ ਨਾਮ ਵੀ ਬੜਾ ਦਿਲਚਸਪ ਹੈ ਗੌਰ, ਅਰਸ਼ ਮਰਿਆਣਾ, ਇਹਨਾਂ ਨੂੰ ਵੀ ਟਿਕਟ ਵਾਸਤੇ ਇਹਨਾਂ ਦਾ ਨਾਮ ਵੀ ਵਿਚਾਰਿਆ ਜਾ ਸਕਦਾ ਹੈ, ਕੈਂਡੀਡੇਟ ਨੇ। ਔਰ ਜੇ ਪਾਰਟੀ ਕਿਸੇ ਨੌਜਵਾਨ ਨੂੰ ਉਤਾਰਨ ਬਾਰੇ ਸੋਚਦੀ ਹੈ ਤਾਂ ਇਹਨਾਂ ਨੂੰ ਵੀ ਇਹ ਟਿਕਟ ਦਿੱਤੀ ਜਾ ਸਕਦੀ ਹੈ। ਔਰ ਇਸ ਖਾਨੇ ਦੇ ਵਿੱਚ ਕਿੰਨੇ ਲੋਕ ਨੇ ਕੋਈ ਵੀ ਇਸ ਬਾਰੇ ਅੰਦਾਜ਼ਾ ਲਗਾਉਣਾ ਬੜਾ ਮੁਸ਼ਕਿਲ ਹੈ। ਬਿਲਕੁਲ। ਇਨਫੈਕਟ ਅਸੀਂ ਇਹ ਵੀ ਦੱਸੀਏ ਆਪਣੇ ਦਰਸ਼ਕਾਂ ਦੇ ਲਈ, ਇਹ ਜਾਣਕਾਰੀ ਹੈ ਕਿਉਂਕਿ ਜਦੋਂ ਸ਼ੋਅ ਖਤਮ ਹੋਇਆ ਤਾਂ ਸਾਡੇ ਤੱਕ ਬਹੁਤ ਸਾਰੇ ਜਿਹੜੇ ਲੀਡਰ ਨੇ ਉਹ ਵੀ ਪਹੁੰਚ ਕਰ ਰਹੇ ਨੇ ਕਿ ਸਾਡਾ ਨਾਮ ਲਿਸਟ ਦੇ ਵਿੱਚ ਕਿਉਂ ਨਹੀਂ ਹੈ। ਤਾਂ ਉਹ ਬਹੁਤ ਕਲੀਅਰ ਹੈ ਕਿ ਬਹੁਤ ਸਾਰੇ ਜਿਹੜੇ ਅਸੀਂ ਲਿਸਟਾਂ ਲੈ ਕੇ ਆ ਰਹੇ ਹਾਂ, ਬਹੁਤ ਸਾਰੇ ਲੋਕਾਂ ਦੇ ਨਾਲ ਗੱਲਬਾਤ ਕਰਕੇ, ਜਿਹੜੇ ਸਥਾਨਕ ਲੋਕ ਨੇ ਜਾਂ ਸਾਡੇ ਜਿਹੜੇ ਉੱਥੇ ਰਿਪ੍ਰੈਜੈਂਟੇਟਿਵ ਆ ਉਹਨਾਂ ਦੇ ਨਾਲ ਗੱਲਬਾਤ ਕਰਕੇ ਅਸੀਂ ਇੱਕ ਲਿਸਟ ਤਿਆਰ ਕਰਦੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਕੋਈ ਹੋਰ ਉਮੀਦਵਾਰੀ ਆਪਣੀ ਜਿਤਾ ਰਿਹਾ ਹੋਵੇ, ਟਿਕਟ ਦਾ ਦਾਅਵੇਦਾਰ ਹੋਵੇ, ਤਾਂ ਅਸੀਂ ਉਹ ਵੀ ਸ਼ੋਅ ਦੇ ਵਿੱਚ ਐਡ ਜ਼ਰੂਰ ਕਰਾਂਗੇ। ਬਿਲਕੁਲ, ਕਿਉਂਕਿ ਟਿਕਟਾਂ ਗੌਰਵ ਹਾਲੇ ਤਾਂ ਇਲੈਕਸ਼ਨ ਅਨਾਊਂਸ ਹੋਣੇ ਆ, ਕਈ ਵਾਰੀ ਪਾਰਟੀਆਂ ਸਡਨਲੀ ਅਨਾਊਂਸ ਨਹੀਂ ਕਰਦੀਆਂ, ਪਹਿਲਾਂ ਅਨਾਊਂਸ ਨਹੀਂ ਕਰਦੀਆਂ, ਗੱਠਜੋੜ ਦੇ ਚੱਕਰ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਨੇ ਹਾਲੇ ਟਿਕਟਾਂ ਰੋਕੀਆਂ ਹੋਈਆਂ ਨੇ ਜੀ। ਤਾਂ ਇਸ ਸ਼ੋਅ ਦੇ ਵਿੱਚ ਕੰਟੀਨਿਊਟੀ ਦੇ ਵਿੱਚ ਆਪਾਂ ਇਹ ਚੀਜ਼ਾਂ ਸ਼ਾਇਦ ਹਾਲੇ 2-2-3-3 ਵਾਰ 4-4 ਵਾਰ ਹੋਰ ਦਿਖਾਉਣੀਆਂ, ਸੋ ਇਸ ਕਰਕੇ ਬਹੁਤ ਕੁਝ ਇਸ ਦੇ ਵਿੱਚ ਨਵਾਂ ਐਡ ਹੋਏਗਾ ਅਗਲੇ ਦਿਨਾਂ ਦੇ। ਬਿਲਕੁਲ। ਤਾਂ ਅੱਗੇ ਵਧਦੇ ਹੁਣ, ਇੱਕ ਵਾਰੀ ਸਕਰੀਨਸ਼ਾਟ ਲੈ ਲਓ ਤੁਸੀਂ ਪੂਰੀ ਸਕਰੀਨ ਦੇ ਉੱਤੇ, ਅਸੀਂ ਦਿਖਾ ਦਈਏ ਸਕਰੀਨਸ਼ਾਟ ਦਾ ਟਾਈਮ ਹੈ, ਸਕਰੀਨਸ਼ਾਟ ਲੈ ਕੇ ਰੱਖ ਲਓ। ਫਰੀਦਕੋਟ ਦੇ ਵਿੱਚੋਂ ਕਿਸੇ ਦਾ ਵੀ ਮੌਕਾ ਲੱਗ ਸਕਦਾ ਹੈ, ਕਿਸੇ ਨੂੰ ਵੀ ਜਿਹੜਾ ਉਮੀਦਵਾਰ ਉਹ ਬਣਾਇਆ ਜਾ ਸਕਦਾ ਹੈ ਟਿਕਟ ਦੇ ਦਾਅਵੇਦਾਰ ਆਮ ਆਦਮੀ ਪਾਰਟੀ ਦੇ। ਆਮ ਆਦਮੀ ਪਾਰਟੀ ਤੋਂ ਬਾਅਦ ਅਸੀਂ ਅੱਗੇ ਵਧਾਂਗੇ ਕਿ ਹੁਣ ਅਸੀਂ ਰੁਕ ਕਰਾਂਗੇ ਕਾਂਗਰਸ ਦਾ, ਕਿ ਕਾਂਗਰਸ ਤੋਂ ਕੌਣ ਕੌਣ ਦਾਅਵੇਦਾਰ ਹੈ। ਤਾਂ ਕਾਂਗਰਸ ਦੇ ਵੀ ਕਈ ਚਿਹਰੇ ਹੈਗੇ ਨੇ ਔਰ ਜਿਹੜੇ ਚਿਹਰੇ ਹੈ ਉਹ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਬਿਲਕੁਲ। ਵੱਡਾ ਚਿਹਰਾ ਮੁਹੰਮਦ ਸਦੀਕ ਇਸ ਵੇਲੇ MP ਨੇ, ਨੁਮਾਇੰਦਗੀ ਕਰ ਰਹੇ ਨੇ ਔਰ ਪਿਛਲੇ ਲੰਬੇ ਸਮੇਂ ਤੋਂ ਨੁਮਾਇੰਦਗੀ ਕਰ ਰਹੇ ਨੇ, ਕਾਫੀ ਸਰਗਰਮ ਨੇ, ਕਾਂਗਰਸ ਪਾਰਟੀ ਦੇ ਨਾਲ ਸ਼ੁਰੂ ਤੋਂ ਜੁੜੇ ਹੋਏ ਸੀ। ਕਾਂਗਰਸ ਪਾਰਟੀ ਨੇ ਟਿਕਟ ਦਿੱਤੀ, MLA ਵੀ ਰਹੇ ਭਦੌੜ ਤੋਂ, ਬਾਅਦ 'ਚ ਉਹਨਾਂ ਨੂੰ MP ਦੀ ਟਿਕਟ ਦਿੱਤੀ ਤਾਂ ਉਹ MP ਬਣ ਗਏ। ਪਰ ਇਸ ਵਾਰ ਮੁਹੰਮਦ ਸਦੀਕ ਚੋਣ ਲੜਨਗੇ ਜਾਂ ਨਹੀਂ, ਇਹ ਚੀਜ਼ ਹਲੇ ਕਨਫਰਮ ਨਹੀਂ ਹੈ।
ਕਿਉਂਕਿ ਉਹਨਾਂ ਦੀ ਏਜ ਵੀ ਕਰੀਬ ਕਰੀਬ 80 ਸਾਲ 78 79 ਸਾਲ ਦੇ ਨੇੜੇ ਇਹਨਾਂ ਦੀ ਏਜ ਹੋ ਚੁੱਕੀ ਹੈ। ਬਿਲਕੁਲ। ਸੋ ਕਈ ਵਾਰ ਖੁਦ ਹੀ ਬੰਦਾ ਜਿਹੜਾ ਹੈ ਉਹ ਪਿੱਛੇ ਹੋ ਜਾਂਦਾ ਕਿ ਨਹੀਂ ਤੁਸੀਂ ਕਿਸੇ ਹੋਰ ਨੂੰ ਮੌਕਾ ਦਿਓ, ਪਰ ਜੇ ਸਿਆਸਤ ਇੱਕ ਐਸੀ ਚੀਜ਼ ਹੈ ਕਿ ਕਈ ਵਾਰੀ ਅਖੀਰ ਤੱਕ ਵੀ ਛੱਡਣ ਨੂੰ ਰਿਟਾਇਰ ਨਹੀਂ ਹੁੰਦਾ ਬੰਦਾ, ਸੋ ਇਸ ਕਰਕੇ ਨਾਮ ਉਹਨਾਂ ਦਾ ਚਰਚਾ ਦੇ ਵਿੱਚ ਜ਼ਰੂਰ ਹੈ, ਉਹ ਪਾਰਟੀ ਨੇ ਦੇਖਣਾ ਜੀ। ਦੂਸਰੇ ਆਗੂ ਪਰਮਿੰਦਰ ਡਿੰਪਲ ਨੇ, ਯੂਥ ਆਗੂ ਨੇ, ਇਹਨਾਂ ਨੂੰ ਕਾਂਗਰਸ ਸੀਟ ਦੇ ਸਕਦੀ ਹੈ, ਦਾਅਵੇਦਾਰ ਨੇ ਆਪਾਂ ਕਹਿ ਸਕਦੇ ਹਾਂ, ਔਰ ਸੁਖਵਿੰਦਰ ਡੈਣੀ ਸਾਬਕਾ ਵਿਧਾਇਕ ਨੇ, ਇਹਨਾਂ ਨੂੰ ਵੀ ਇਹਨਾਂ ਦੇ ਨਾਮ ਦੀ ਚਰਚਾ ਪਹਿਲਾਂ ਵੀ ਹੁੰਦੀ ਰਹੀ ਹੈ ਜੀ ਇਸ ਇਲਾਕੇ ਤੋਂ। ਸੋ ਇਸ ਕਰਕੇ ਸੁਖਵਿੰਦਰ ਡੈਣੀ ਵੀ ਕਾਫੀ ਮਜ਼ਬੂਤ ਦਾਅਵੇਦਾਰ ਦੇ ਤੌਰ ਤੇ ਦੇਖੇ ਜਾ। ਸੁਖਵਿੰਦਰ ਡੈਣੀ ਇਲੈਕਸ਼ਨ ਹਾਰ ਗਏ ਤਾਂ ਕੀ ਹੁਣ ਫਰੀਦਕੋਟ ਵਾਲੇ ਪਾਸੇ, ਮੈਂ ਪਲੱਸ ਮਾਈਨਸ ਦਾ ਜ਼ਿਕਰ ਕਰਾਂ, ਬਿਲਕੁਲ, ਤਾਂ ਕੀ ਇਹ ਪੋਸੀਬਿਲਿਟੀ ਹੈ ਕਿ ਉੱਥੋਂ ਇਹਨਾਂ ਨੂੰ ਫਰੀਦਕੋਟ ਵਾਲੇ ਪਾਸੇ ਭੇਜ ਦਿੱਤਾ ਜਾਵੇ, ਇਹਨਾਂ ਨੂੰ ਟਿਕਟ ਦੇ? ਪਹਿਲਾਂ ਵੀ ਇਹਨਾਂ ਦੇ ਨਾਮ ਦੀ ਚਰਚਾ ਰਹੀ ਹੈ, ਪਹਿਲਾਂ ਵੀ ਉਸ ਇਲਾਕੇ ਦੇ ਵਿੱਚ ਇਹਨਾਂ ਦਾ ਨਾਮ ਵਿਚਾਰਿਆ ਜਾਂਦਾ ਰਿਹਾ। ਸੋ ਇਸ ਕਰਕੇ ਸੁਖਵਿੰਦਰ ਡੈਣੀ ਵੀ ਕਾਫੀ ਮਜ਼ਬੂਤ ਕੈਂਡੀਡੇਟ। ਇਨਫੈਕਟ ਇੱਕ ਵਾਰੀ ਪੂਰੀ ਸਕਰੀਨ ਦੇ ਉੱਤੇ ਜੇਕਰ ਤੁਸੀਂ ਸਕਰੀਨਸ਼ਾਟ ਦਾ ਟਾਈਮ ਹੈ, ਸਕਰੀਨਸ਼ਾਟ ਜ਼ਰੂਰ ਲੈ ਕੇ ਰੱਖ ਲਓ। ਮੈਂ ਸੁਖਵਿੰਦਰ ਡੈਣੀ ਦਾ ਇਸ ਕਰਕੇ ਵੀ ਜ਼ਿਕਰ ਕਰ ਰਿਹਾ ਕਿਉਂਕਿ ਤੁਸੀਂ ਇੱਕ ਚੀਜ਼ ਹੋਰ ਨੋਟ ਕਰੋ, ਕਿਉਂਕਿ ਆਮ ਆਦਮੀ ਪਾਰਟੀ ਉਮੀਦ ਕਰ ਰਹੇ ਹਾਂ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਜ਼ਰੂਰ ਆਪਣੀ ਸੀਟ ਜਿਹੜੀਆਂ ਟਿਕਟਾਂ ਨੇ ਉਹ ਅਨਾਊਂਸ ਕਰ ਦੇ। ਅੱਛਾ, ਜਦੋਂ ਆਮ ਆਦਮੀ ਪਾਰਟੀ ਦੀ ਟਿਕਟ ਅਨਾਊਂਸ ਹੋ ਗਈ, ਉਸ ਤੋਂ ਬਾਅਦ ਕਾਂਗਰਸ ਕਿਸ ਤਰੀਕੇ ਨਾਲ ਚਿਹਰੇ ਉਤਾਰਦੀ ਹੈ ਉਹ ਦੇਖਣਾ ਹੋਏਗਾ। ਆਮ ਤੌਰ 'ਤੇ ਤੁਸੀਂ ਕਹਿ ਸਕਦੇ ਹੋ ਕਿ ਕਾਂਗਰਸ ਥੋੜ੍ਹਾ ਜਿਹਾ ਆਮ ਤੌਰ 'ਤੇ ਡਿਲੇ ਜ਼ਰੂਰ ਹੁੰਦਾ ਕਿ ਬਿਲਕੁਲ ਟਾਈਮ ਦੇ ਉੱਤੇ ਜਾ ਕੇ ਕਾਂਗਰਸ ਦੇ ਵੱਲੋਂ ਉਮੀਦਵਾਰ ਉਤਾਰੇ ਜਾਂਦੇ ਨੇ, ਤਾਂ ਦੇਖਣਾ ਹੋਏਗਾ ਕਿ ਕਾਂਗਰਸ ਕਿਸ ਨੂੰ ਆਪਣਾ ਉਮੀਦਵਾਰ ਇਸ ਸੀਟ ਤੋਂ ਬਣਾਉਂਦੀ।